ਹਾਂਜੀ, ਸਵਾਗਤ ਹੈ ਤੁਹਾਡਾ ਖਦਰਾਂ LSIK ਯੂਟਿਊਬ ਚੈਨਲ ਵਿੱਚ ਜੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀ ਨਰਮੇ ਦੀ ਫਸਲ ਬਾਰੇ ਭਾਗ ਦੂਜਾ। ਪਹਿਲੀ ਵੀਡੀਓ ਸਾਡੀ ਇਹ ਹੈ ਜੀ, ਉਹ ਵੀ ਤੁਸੀਂ ਦੇਖ ਸਕਦੇ ਹੋ ਜੀ। ਅਤੇ ਜੇ ਵੀਡੀਓ ਚੰਗੀ ਲੱਗੀ ਜੀ ਤਾਂ ਲਾਈਕ ਜ਼ਰੂਰ ਕਰਿਓ ਜੀ। ਜੇ ਤੁਸੀਂ ਕੁਝ ਹੋਰ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਿਓ ਜੀ, ਸ਼ੇਅਰ ਜ਼ਰੂਰ ਕਰਿਓ ਜੀ। ਅਤੇ ਸਾਡਾ ਚੈਨਲ ਖਤਰਾਂ LSIK ਯੂਟਿਊਬ ਚੈਨਲ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਆਜੋ ਜੀ ਆਪਾਂ ਦੇਖਦੇ ਹਾਂ ਨਰਮੇ ਦੀ ਫਸਲ ਬਾਰੇ ਭਾਗ ਦੂਜਾ ਜੀ। ਸਵਾਗਤ ਹੈ ਤੁਹਾਡਾ ਖਤਰਾਂ LSIK ਯੂਟਿਊਬ ਚੈਨਲ ਵਿੱਚ ਜੀ। ਅੱਜ ਅਸੀਂ ਤੁਹਾਨੂੰ ਨਰਮੇ ਦੀ ਫਸਲ ਨਾਲ ਸੰਬੰਧਿਤ ਇੱਕ ਐਪ ਦੱਸਾਂਗੇ ਜੀ। ਇਹਨਾਂ ਦੀਆਂ ਦੋ ਐਪਾਂ ਜੀ, ਇੱਕ ਤਾਂ ਕੋਟਨ DSS, ਇਹ ਤੁਸੀਂ ਕਰ ਸਕਦੇ ਹੋ ਜੀ ਡਾਊਨਲੋਡ ਨਰਮੇ ਦੀ ਖੇਤੀ ਨਾਲ ਸੰਬੰਧਿਤ। ਇੱਕ ਹੈ ਜੀ BCI ਕੋਟਨ DSS, ਇਹ ਪੁਰਾਣੀ ਐਪ ਹੈ ਜੀ, ਅਤੇ ਕਪਾਹ ਬਾਰੇ ਜਾਣਕਾਰੀ ਲਿਖਿਆ। ਆ BCI ਕੋਟਨ DSS ਐਪ ਤੁਸੀਂ ਡਾਊਨਲੋਡ ਕਰਨੀ ਹੈ ਜੀ। 5 ਰੇਟਿੰਗ ਹੈ ਜੀ ਇਹਦੀ, ਇਹ ਤੁਸੀਂ ਡਾਊਨਲੋਡ ਕਰਕੇ ਓਪਨ ਕਰ ਸਕਦੇ ਹੋ। ਇਹਦੇ ਵਿੱਚ ਪਹਿਲਾਂ ਆ ਗਈਆਂ ਜੀ ਨਰਮੇ ਦੀਆਂ ਕਿਸਮਾਂ, ਆ ਦੇਖੋ ਸਾਰੀਆਂ ਕਿਸਮਾਂ ਦਿੱਤੀਆਂ ਹੈਗੀਆਂ ਇਹਦੇ, ਬਹੁਤ ਸਾਰੀਆਂ ਹੈ ਵੀ ਨਹੀਂ ਜੀ ਪਰ ਜ਼ਿਆਦਾ ਹੈਗੀਆਂ ਨੇ। ਜਿਵੇਂ ਕਿ RCH 650 ਬੋਲਗਾਰਡ, ਔਸਤ ਝਾੜ 9.5 ਕੁਇੰਟਲ ਪ੍ਰਤੀ ਏਕੜ, ਟੀਂਡੇ ਦਾ ਔਸਤ ਭਾਰ 4.5 ਗ੍ਰਾਮ, ਰੇਸ਼ੇ ਦੀ ਲੰਬਾਈ 25.5 ਮਿਲੀਮੀਟਰ, ਰੂੰ ਦਾ ਕਸ 34.1%, ਪੈਰਾਬੈਲਟ ਨੂੰ ਸਹਿਣ ਦੀ ਸ਼ਕਤੀ, ਅਮਰੀਕਨ ਚਿਤਕਵਰੀ ਗੁਲਾਬੀ ਤੰਬਾਕੂ ਸੁੰਡੀ ਦਾ ਟਾਕਰਾ ਕਰਨ ਦੀ ਸਮਰੱਥਾ ਜੀ ਇਹ 'ਚ। ਉਦੋਂ ਬਾਅਦ ਆ ਗਿਆ ਬਿਜਾਈ, ਬੀਜ ਦੀ ਮਾਤਰਾ ਕਤਾਰਾਂ ਅਤੇ ਬੂਟਿਆਂ 'ਚ ਫਾਸਲਾ, ਬਿਜਾਈ ਕਰਨ ਲਈ ਕੁਝ ਖਾਸ ਨੁਕਤੇ, ਬੀਜ ਸੋਧ ਅਤੇ ਬਿਜਾਈ ਦਾ ਢੁੱਕਵਾਂ ਸਮਾਂ, BT ਨਰਮੇ ਦੇ ਬੂਟੇ। ਆ ਜੋ ਪੈਕਟ 'ਚ ਅਲੱਗ ਨਿਕਲਦਾ ਗਾ ਇਹ ਉਹ ਹੁੰਦਾ ਗਾ ਕਿ ਅਲੱਗ ਤੋਂ ਜਿਹੜਾ ਬੀਜ ਆਉਂਦਾ ਉਹ ਜ਼ਰੂਰ ਬੀਜ, ਜੋ ਉਹਦੇ ਵਿੱਚ ਪੈਕਟ ਦੇ ਵਿੱਚ ਅਲੱਗ ਹੁੰਦਾ ਪੈਕਟ। ਬਿਜਾਈ ਲਈ ਸਮਾਂ 1 ਅਪ੍ਰੈਲ ਤੋਂ 15 ਮਈ ਤੱਕ, ਇਸ ਦੌਰਾਨ ਫਸਲ ਬੀਜਣ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੁੰਦਾ ਹੈ। ਮੁੱਖ ਨਦੀਨਾਂ ਬਾਰੇ ਜਾਣਕਾਰੀ, ਮੁੱਖ ਨਦੀਨ ਬਾਂਸਪੱਤਾ, ਕਾਰਪਿਟ ਨਦੀਨ, ਡੀਲਾ ਜਾਂ ਮੋਥਾ, ਆਈਪੋਮੀਆ ਬੇਲ, ਇੱਟ ਸਿੱਟ, ਕਾਂ ਮੱਕੀ, ਲੂਣਕ, ਮਧਾਣਾ, ਮਕੜਾ, ਤੱਕੜੀ ਘਾਹ, ਤਾਂਦਲਾ ਆਦਿ ਇਹਦੇ ਨਦੀਨ ਨੇ। ਨਦੀਨ ਉੱਗਣ ਤੋਂ ਪਹਿਲਾਂ ਨਦੀਨਾਂ ਦੀ ਰੋਕਥਾਮ, ਬਿਜਾਈ ਕਰਨ ਪਿੱਛੋਂ 24 ਘੰਟੇ ਦੇ ਅੰਦਰ ਅੰਦਰ ਖੇਤ ਵਿੱਚ 1 ਲੀਟਰ ਸਟੰਪ 30% ਪ੍ਰਤੀ ਏਕੜ ਦੇ ਹਿਸਾਬ ਨਾਲ 200 ਤੋਂ 250 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਨਦੀਨਾਂ 'ਤੇ ਕਾਬੂ ਪਾਇਆ ਜਾ ਸਕਦਾ। ਨਦੀਨ ਉੱਗਣ ਤੋਂ ਬਾਅਦ ਨਦੀਨਾਂ ਦੀ ਰੋਕਥਾਮ, ਜੰਮਣ ਤੋਂ ਬਾਅਦ ਨਦੀਨਾਂ ਦੀ ਰੋਕਥਾਮ 500 ਮਿਲੀਲੀਟਰ ਗ੍ਰੈਮ ਕਸੋਨ 24% ਪ੍ਰਤੀ ਏਕੜ ਜਾਂ ਪ੍ਰਤੀ ਲੀਟਰ ਰਾਊਂਡ ਅਪ, 41% ਪ੍ਰਤੀ ਏਕੜ ਜਾਂ 600 ਗ੍ਰਾਮ ਐਕਸਲ ਮੈਰਾ, ਇਹ ਤੁਸੀਂ ਦੇਖ ਕੇ ਇਹਦੇ ਕਰ ਸਕਦੇ ਹੋ ਇਹ ਐਪ ਡਾਊਨਲੋਡ ਕਰਕੇ। ਬਾਕੀ ਨੀਨ ਉੱਗਣ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਮੁਸ਼ਕਿਲ ਆ, ਪਰ ਪਹਿਲਾਂ ਕਰੋ ਸਟੰਪ ਤਾਂ ਵਧੀਆ। ਖਾਦਾਂ ਬਾਰੇ ਜਾਣਕਾਰੀ, ਨਰਮੇ ਵਿੱਚ ਖੁਰਾਕੀ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਉਹਨਾਂ ਦੀ ਪੂਰਤੀ, ਨਰਮੇ ਵਿੱਚ ਨਾਈਟ੍ਰੋਜਨ ਦੀ ਘਾਟ ਦੇ ਚਿੰਨ, ਨਾਈਟ੍ਰੋਜਨ ਦੀ ਘਾਟ ਕਾਰਨ ਸਭ ਤੋਂ ਪਹਿਲਾਂ ਹੇਠਲੇ ਪੱਤੇ ਪੀਲੇ ਹੋ ਜਾਂਦੇ ਹਨ, ਉਸ ਤੋਂ ਬਾਅਦ ਇਹ ਪਲੱਤਣ ਉੱਪਰ ਵੱਲ ਵੱਧਦੀ ਹੈ ਜਿਸ ਕਰਕੇ ਸਾਰਾ ਪੌਦਾ ਪੀਲਾ ਹੋਣ ਲੱਗਦਾ ਹੈ। ਇਸ ਦੀ ਪੂਰਤੀ ਲਈ ਸਿਫਾਰਸ਼ ਅਨੁਸਾਰ ਯੂਰੀਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਆਹ ਫੋਟੋ ਦਿੱਤੀ ਇਹਨਾਂ ਨੇ ਘਾਟ ਦੇ ਚਿੰਨ,
ਪੋਟਾਸ਼ੀਅਮ ਦੀ ਘਾਟ ਦੇ ਚਿੰਨ। ਪੋਟਾਸ਼ੀਅਮ ਦੀ ਘਾਟ ਵਾਲੇ ਪੌਦਿਆਂ ਵਿੱਚ ਹੇਠਲੇ ਪੱਤੇ ਪਹਿਲਿਓ ਕਿਨਾਰਿਆਂ ਤੋਂ ਭੂਰੇ ਲਾਲ ਨਜ਼ਰ ਆਉਂਦੇ ਹਨ ਅਤੇ ਬਾਅਦ ਵਿੱਚ ਪੂਰੇ ਦੇ ਪੂਰੇ ਪੱਤੇ ਇਸ ਰੰਗ ਦੇ ਹੋ ਜਾਂਦੇ ਹਨ ਅਤੇ ਭੁਰਨ ਲੱਗਦੇ ਹਨ। ਇਸ ਤੱਤ ਦੀ ਘਾਟ ਦੀ ਪੂਰਤੀ ਲਈ ਪੋਟਾਸ਼ੀਅਮ ਨਾਈਟ੍ਰੇਟ ਦੇ 2% ਘੋਲ ਪੋਟਾਸ਼ੀਅਮ ਨਾਈਟ੍ਰੇਟ 100 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ। ਆਹ ਚਿੰਨ ਇਹਨਾਂ ਨੇ ਦਿਖਾਏ ਹੋਏ ਹੈ, ਮੈਗਨੀਸ਼ੀਅਮ ਦੀ ਘਾਟ ਦੇ ਚਿੰਨ ਦਿਖਾਏ ਹੋਏ ਅਤੇ ਉਹਦਾ ਹੱਲ ਦਿੱਤਾ ਹੋਇਆ। ਜਿੰਕ ਦੀ ਘਾਟ ਦੇ ਚਿੰਨ ਦਿਖਾਏ ਹੋਏ ਆ। ਖਾਦਾਂ, ਜ਼ਮੀਨ ਦੀ ਸਿਹਤ ਅਤੇ ਖਾਦਾਂ ਦੀ ਵਰਤੋਂ। ਖਾਦਾਂ ਵਰਤਣ ਦਾ ਮੁੱਢਲਾ ਅਸੂਲ ਹੈ ਕਿ ਜੇ ਖੇਤ ਵਿੱਚ ਕਿਸੇ ਖੁਰਾਕੀ ਤੱਤ ਦੀ ਉਪਲਬਧ ਮਾਤਰਾ ਘੱਟ ਹੈ ਤਾਂ ਉਸ ਤੱਤ ਵਾਲੀ ਖਾਦ ਜ਼ਿਆਦਾ ਪਾਣੀ ਪਾਉਣੀ ਪਵੇਗੀ ਅਤੇ ਜਿਸ ਦੀ ਉਪਲਬਧ ਮਾਤਰਾ ਜ਼ਿਆਦਾ ਹੈ ਉਸ ਵਾਲੀ ਘੱਟ। ਇਸ ਕਰਕੇ ਖਾਦਾਂ ਦੀ ਸੁਚੱਜੀ ਵਰਤੋਂ ਤਾਂ ਹੀ ਸੰਭਵ ਹੈ ਜੇ ਨਰਮੇ ਨੂੰ ਮਿੱਟੀ ਪਰਖ ਦੇ ਆਧਾਰ 'ਤੇ ਕੀਤੀਆਂ ਗਈਆਂ ਸਿਫਾਰਿਸ਼ਾਂ ਅਪਣਾਈਆਂ ਜਾਣ। ਜੇ ਮਿੱਟੀ ਪਰਖ ਨਾ ਕਰਵਾਈ ਗਈ ਹੋਵੇ ਤਾਂ ਖਾਦਾਂ ਦੀ ਵਰਤੋਂ PAU ਵੱਲੋਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਲਈ ਕੀਤੀ ਗਈ ਆਮ ਸਿਫਾਰਿਸ਼ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ। ਸਿੰਚਾਈ ਬਾਰੇ ਜਾਣਕਾਰੀ। ਨਰਮੇ ਦੀ ਫਸਲ ਨੂੰ ਵਰਖਾ ਦੇ ਆਧਾਰ 'ਤੇ ਤਕਰੀਬਨ 4 ਤੋਂ 6 ਪਾਣੀ ਲਾਉਣੇ ਪੈਂਦੇ ਹਨ। ਪਹਿਲਾ ਪਾਣੀ ਬਿਜਾਈ ਤੋਂ 4 ਤੋਂ 6 ਹਫ਼ਤੇ ਬਾਅਦ, ਬਾਅਦ ਵਾਲੇ ਪਾਣੀ 2 ਤੋਂ 3 ਹਫ਼ਤਿਆਂ ਦੇ ਵਕਫੇ ਨਾਲ ਦਿਓ। ਨਰਮੇ ਦੀਆਂ ਵੱਟਾਂ 'ਤੇ ਬਿਜਾਈ ਦੇ ਨਾਲ ਸਿੰਚਾਈ ਵਾਲੇ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ। ਫੁੱਲ ਨਿਕਲਣ ਅਤੇ ਫਲ ਪੈਣ ਸਮੇਂ ਫਸਲ ਨੂੰ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ। ਟਿੰਡਿਆਂ ਨੂੰ ਛੇਤੀ ਖਿੜਨ ਲਈ ਅਮਰੀਕਨ ਕਪਾਹ ਨੂੰ ਆਖਰੀ ਪਾਣੀ ਸਤੰਬਰ ਦੇ ਅਖੀਰ ਵਿੱਚ ਦਿਓ। ਮੁੱਖ ਬਿਮਾਰੀਆਂ ਬਾਰੇ। ਪੱਤਾ ਮਰੋੜ, ਇਹ ਵਿਸ਼ਾਣੂ ਰੋਗ ਚਿੱਟੀ ਮੱਖੀ ਦੁਆਰਾ ਫੈਲਦਾ ਹੈ। ਪੱਤੇ ਕੱਪ ਦੀ ਸ਼ਕਲ ਵਰਗੇ ਬਣ ਜਾਂਦੇ ਹਨ ਅਤੇ ਪੱਤਿਆਂ ਦੀਆਂ ਨਾੜਾਂ ਮੋਟੀਆਂ ਅਤੇ ਗੂੜੇ ਹਰੇ ਰੰਗ ਦੀਆਂ ਹੋ ਜਾਂਦੀਆਂ ਹਨ। ਬੂਟਾ ਛੋਟਾ ਰਹਿ ਜਾਂਦਾ ਹੈ ਅਤੇ ਝਾੜੀ ਨੁਮਾ ਬਣ ਜਾਂਦਾ ਹੈ। ਫਸਲ ਦਾ ਝਾੜ ਘੱਟ ਜਾਂਦਾ ਹੈ। ਨਰਮੇ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਰਹਿਤ ਰੱਖੋ ਅਤੇ ਨਰਮੇ ਨੂੰ ਬਾਗਾਂ ਵਿੱਚ ਨਾ ਬੀਜੋ। ਨਰਮੇ ਦੇ ਖੇਤ ਵਿੱਚ ਨਦੀਨਾਂ ਦੇ ਬੂਟਿਆਂ ਨੂੰ ਨਸ਼ਟ ਰੱਖੋ ਅਤੇ ਖੇਤੀਬਾੜੀ ਵਿਭਾਗ ਵੱਲੋਂ ਹੁਣ ਸਲਾਹ ਵੀ ਦਿੱਤੀ ਜਾ ਰਹੀ ਹੈ ਵੀ ਜ਼ਿਆਦਾ ਦਵਾਈਆਂ ਨਾ ਕਰੋ ਕਿਉਂਕਿ ਉਹਦੇ ਵੀ ਨੁਕਸਾਨ ਨੇ। ਅਤੇ ਨਿੰਮ ਦੇ ਛੱਕ ਦਾ ਘੋਲ ਪੱਤਿਆਂ ਦਾ ਉਬਾਲ ਕੇ ਉਹਨਾਂ ਨੂੰ ਉਹ ਕਰਦੇ ਰਹੋ ਚਿੱਟੀ ਮੱਖੀ ਲਈ, ਇਹ ਵੀ ਖੇਤੀਬਾੜੀ ਵਿਭਾਗ ਵੱਲੋਂ ਦੱਸਿਆ ਗਿਆ। ਬਾਕੀ ਫਸਲ ਦੇ ਹਾਲਾਤ ਦੇਖ ਕੇ ਕੀਤਾ ਜਾਂਦਾ। ਜੜ੍ਹਾਂ ਦਾ ਗਲਣਾ, ਇਹ ਬਿਮਾਰੀ ਇੱਕ ਉੱਲੀ ਨਾਲ ਲੱਗਦੀ ਹੈ। ਇਸ ਨਾਲ ਪ੍ਰਭਾਵਿਤ ਬੂਟੇ ਅਚਾਨਕ ਪੂਰੀ ਤਰ੍ਹਾਂ ਕਮਲਾ ਜਾਂਦੇ ਹਨ ਅਤੇ ਆਰਾਮ ਨਾਲ ਪੁੱਟੇ ਜਾਂਦੇ ਹਨ। ਇਹਨਾਂ ਬੂਟਿਆਂ ਦੀਆਂ ਜੜ੍ਹਾਂ ਦਾ ਛਿਲਕਾ ਗਲ ਕੇ ਜਾਲੀ ਵਰਗਾ ਬਣ ਜਾਂਦਾ ਹੈ ਅਤੇ ਉਹਨਾਂ 'ਚੋਂ ਬਦਬੂ ਆਉਂਦੀ ਹੈ। ਇਹ ਬਿਮਾਰੀ ਖੇਤ ਵਿੱਚ ਗੋਲ ਆਕਾਰ ਦੀਆਂ ਤੌੜੀਆਂ 'ਚ ਨਜ਼ਰ ਆਉਂਦੀ ਹੈ। ਇਹਦੀ ਰੋਕਥਾਮ ਦੱਸੀ ਇਹਨਾਂ ਨੇ। ਬੈਕਟੀਰੀਅਲ ਬਲਾਈਟ, ਇਹ ਬਿਮਾਰੀ ਜੀਵਾਣੂਆਂ ਕਰਕੇ ਹੁੰਦੀ ਹੈ। ਪੱਤਿਆਂ ਦੇ ਦੋਵੇਂ ਪਾਸੇ ਪਾਣੀ ਭਿੱਜੇ ਜਿਹੇ ਨੋਕਦਾਰ ਧੱਬੇ ਪੈ ਜਾਂਦੇ ਹਨ। ਰੋਗੀ ਬੂਟਿਆਂ ਦੇ ਟੀਂਡਿਆਂ ਉੱਪਰ ਵੀ ਛੋਟੇ ਗੋਲ ਪਾਣੀ ਭਿੱਜੇ ਧੱਬੇ ਵਿਚਕਾਰੋਂ ਅੰਦਰ ਨੂੰ ਧੱਸ ਜਾਂਦੇ ਹਨ। ਰੋਕਥਾਮ ਲਈ ਇਹਨਾਂ ਨੇ ਆਹ ਦੱਸਿਆ। ਪੱਤਿਆਂ ਦੇ ਧੱਬਿਆਂ ਦਾ ਰੋਗ, ਬੈਲਟ, ਇਹ ਇੱਕ ਉੱਲੀ ਰੋਗ ਹੈ ਜੋ ਜ਼ਮੀਨ ਅਤੇ ਬੀਜ ਨਾਲ ਫੈਲਦਾ ਹੈ। ਇਸ ਰੋਗ ਨਾਲ ਅੱਧਾ ਜਾਂ ਪੂਰਾ ਬੂਟਾ ਕਮਲਾ ਜਾਂਦਾ ਹੈ ਅਤੇ ਰੋਗੀ ਬੂਟੇ ਦੀ ਜੜ੍ਹ ਵਿਚਕਾਰ ਭੂਰੀ ਕਾਲੀ ਧਾਰੀ ਬਣ ਜਾਂਦੀ ਹੈ। ਬਿਮਾਰ ਬੂਟੇ ਆਸਾਨੀ ਨਾਲ ਖਿੱਚ ਕੇ ਪੁੱਟੇ ਨਹੀਂ ਜਾ ਸਕਦੇ। ਪੈਰਾਬਿਲਟ, ਇਹ ਰੋਗ ਬੂਟੇ ਵਿੱਚ ਕਿਸੇ ਵੀ ਜੀਵਾਣੂ ਜਾਂ ਵਿਸ਼ਾਣੂ ਕਾਰਨ ਨਹੀਂ ਹੁੰਦਾ।
ਫਸਲ ਨੂੰ ਲੰਮੇ ਸੋਕੇ ਤੋਂ ਬਾਅਦ ਜਦੋਂ ਪਾਣੀ ਲਾਇਆ ਜਾਵੇ ਜਾਂ ਭਾਰਾ ਮੀਂਹ ਪੈ ਜਾਵੇ ਤਾਂ ਹਰੇ ਪੱਤੇ ਅਚਾਨਕ ਮੁਰਝਾ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਝੜ ਜਾਂਦੇ ਹਨ। ਬੂਟਿਆਂ ਦਾ ਜੜ੍ਹਾਂ ਉੱਪਰ ਕੋਈ ਮਾੜਾ ਅਸਰ ਦਿਖਾਈ ਨਹੀਂ ਦਿੰਦਾ। ਇਹਦੀ ਰੋਕਥਾਮ ਇਹਨਾਂ ਨੇ ਦੱਸੀ ਹੋਈ ਆ। ਮੁੱਖ ਕੀੜਿਆਂ ਬਾਰੇ ਆਰਥਿਕ ਨੁਕਸਾਨ ਹੱਦ, ਹਰਾ ਤੇਲਾ, ਚਿੱਟੀ ਮੱਖੀ, ਚੇਪਾ, ਮਿਲੀਬੱਗ, ਟਿੰਡੇ ਦੀਆਂ ਸੁੰਡੀਆਂ ਅਤੇ ਦੇਸੀ ਕਪਾਹ 'ਚ ਇਕੱਲੇ ਟਿੰਡੇ ਦੀਆਂ ਸੁੰਡੀਆਂ ਦਿਖਾਇਆ ਇਹਨਾਂ ਨੇ। ਇਹਦੇ ਨੁਕਸਾਨ ਆ ਲਿਖੇ ਹੋਏ ਵੀ ਕੀ ਨੁਕਸਾਨ ਇਹਦੇ ਆਉਂਦੇ ਨੇ। ਰਸ ਚੂਸਣ ਵਾਲੇ ਕੀੜੇ, ਤੇਲਾ, ਚਿੱਟੀ ਮੱਖੀ, ਚੇਪਾ, ਮਿਲੀਬੱਗ। ਜੇਕਰ ਚੇਪੇ ਜਾਂ ਥਰਿੱਪ ਭੂਰੇ ਜੂਨ ਦਾ ਹਮਲਾ ਹੋ ਜਾਵੇ ਤਾਂ ਤੇਲੇ ਦੀ ਰੋਕਥਾਮ ਵਾਲੀਆਂ ਰਸਾਇਣਾਂ ਵਿੱਚੋਂ ਕਿਸੇ ਇੱਕ ਰਸਾਇਣ ਦੀ ਵਰਤੋਂ ਕਰੋ। ਮਿਲੀਬੱਗ ਦੇ ਨਿਸ਼ਾਨ, ਨੁਕਸਾਨ ਦੇ ਨਿਸ਼ਾਨ ਦੇਖੋ। ਮਿਲੀਬੱਗ ਦੀ ਮੌਸਮੀ ਰੋਕਥਾਮ, ਸੜਕਾਂ, ਰਸਤਿਆਂ, ਕਿਨਾਰਿਆਂ 'ਤੇ ਖਾਲਿਆਂ 'ਤੇ ਉੱਗੇ ਨਦੀਨ, ਕੰਘੀ ਬੂਟੀ, ਪੀੜੇ ਬੂਟੀ, ਗਾਜਰ ਘਾਹ ਨੂੰ ਨਸ਼ਟ ਕਰੋ। ਮਿਲੀਬੱਗ ਦੁਆਰਾ ਪ੍ਰਭਾਵਿਤ ਬੂਟੇ ਨੂੰ ਪੁੱਟਣ ਤੋਂ ਬਾਅਦ ਪਾਣੀ ਦੇ ਖਾਲਿਆਂ ਵਿੱਚ ਨਾ ਸੁੱਟੋ। ਮਿਲੀਬੱਗ ਤੋਂ ਸੁਰੱਖਿਆ ਲਈ ਨਰਮੇ ਦੁਆਲੇ ਜਮਾਰ, ਮੱਕੀ, ਬਾਜਰਾ ਬੀਜੋ। ਗਮਾਰਾ ਅਤੇ ਭਿੰਡੀ ਨੂੰ ਫਸਲ ਦੇ ਵਿੱਚ ਆਲੇ ਦੁਆਲੇ ਨਾ ਬੀਜੋ। ਨਰਮੇ ਨੂੰ ਬੀਜਣ ਤੋਂ ਬਾਅਦ ਇਸ ਕੀੜੇ ਦਾ ਲਗਾਤਾਰ ਸਰਵੇਖਣ ਕਰੋ। ਇਸ ਦੇ ਵਾਧੇ ਰੋਕਣ ਲਈ ਪੂਰੇ ਬੂਟੇ 'ਤੇ ਛਿੜਕਾਅ ਕਰੋ। ਰਸ ਚੂਸਣ ਵਾਲੇ ਕੀੜੇ ਹੋ ਗਏ, ਟਿੰਡੇ, ਕਾਣੇ ਕਰਨ ਵਾਲੇ ਕੀੜੇ, ਅਮਰੀਕਨ ਸੁੰਡੀ, ਚਿਤਕਬਰੀ ਸੁੰਡੀ, ਗੁਲਾਬੀ ਸੁੰਡੀ। ਨਰਮੇ, ਟਿੰਡੇ, ਕਾਣੇ ਕਰਨ ਵਾਲੀਆਂ ਸੁੰਡੀਆਂ ਇਹਨਾਂ ਨੇ ਰੋਕਥਾਮ ਦਿੱਤੀ ਗਈ ਹੈ। ਪੱਤੇ ਖਾਣ ਵਾਲੇ ਕੀੜੇ, ਪੱਤਾ ਲਪੇਟ ਸੁੰਡੀ, ਹਰੀ ਕੁੰਡੀ ਮਾਰ ਸੁੰਡੀ, ਤੰਬਾਕੂ ਸੁੰਡੀ, ਸਲੇਟੀ ਸੁੰਡੀ, ਇਹ ਸੁੰਡੀਆਂ ਦੱਸੀਆਂ ਗਈਆਂ ਇਹਨਾਂ ਨੇ। ਮਿੱਤਰ ਕੀੜੇ ਆ ਜਿਹੜੇ ਇਹ ਵੀ ਦੱਸੇ ਗਏ। ਲਾਲ ਭੁੰਡੀ ਹੈ ਜਿਹੜੀ ਮਿੱਤਰ ਕੀੜਾ ਹੈਗਾ ਨਰਮੇ ਲਈ। ਗ੍ਰੀਨ ਲੈਸਵਿੰਗ, ਟ੍ਰਾਈਕਰੋਗਰਾਮਾ, ਪਰੀਡੇਟਰੀ ਬੱਗ, ਮੱਕੜੀ ਨਰਮੇ ਲਈ ਫਾਇਦੇਮੰਦ, ਅਸੈਸਨ ਬੱਗ, ਵੱਡੀ ਅੱਖ ਵਾਲੀ ਬੱਗ, ਮੱਕੜੀ ਆ ਦੋ ਤਿੰਨ ਤਰ੍ਹਾਂ ਦੀਆਂ ਮੱਕੜੀਆਂ ਇਹਨਾਂ ਨੇ ਦਿਖਾਈਆਂ ਹੋਈਆਂ। ਇਹ ਮਿੱਤਰ ਕੀੜੇ ਵੀ ਠੀਕ ਹੈ, ਇਹਨਾਂ ਨੇ ਬਹੁਤ ਵਧੀਆ ਇਹ ਉਹ ਕਰਿਆ। ਚੁਗਾਈ, ਨਰਮੇ ਦੇ ਪੱਤੇ ਝਾੜਨਾ ਚੁਗਾਈ ਲਈ, ਚੁਗਾਈ ਸਮੇਂ ਧਿਆਨ ਦੇਣ ਯੋਗ ਗੱਲਾਂ, ਸੰਭਾਲ ਮੰਡੀ ਕਰਨ, ਨਰਮੇ ਦੀ ਕੁਆਲਿਟੀ ਖਰਾਬ ਹੋਣ ਦੇ ਕਾਰਨ, ਜ਼ਹਿਰਾਂ ਦੀ ਸਹੀ ਵਰਤੋਂ, ਜ਼ਹਿਰਾਂ ਦੇ ਲੇਬਲਾਂ ਬਾਰੇ ਜਾਣਕਾਰੀ, ਹੱਦੋਂ ਵੱਧ ਖਤਰਨਾਕ, ਬਹੁਤ ਖਤਰਨਾਕ, ਲਾਲ ਹੈ, ਸਖਤ ਪਦਾਰਥ, ਤਰਲ, ਇਹ ਇਹਨਾਂ ਨੇ ਦੱਸੇ ਗਏ ਹੈ। ਬਹੁਤ ਖਤਰਨਾਕ, ਘੱਟ ਨੁਕਸਾਨ ਵਾਲੀ ਪੀੜਾ ਲਿਖਿਆ ਹੋਊ ਅਤੇ ਬਹੁਤ ਘੱਟ ਧਿਆਨ ਰੱਖਣ ਯੋਗ ਨਿਕਲਿਆ, ਕੋਈ ਖਤਰਾ ਨਹੀਂ ਹਰਾ, ਇਹ ਇਹਨਾਂ ਨੇ ਦੱਸੇ ਹੋਏ ਵੀ ਆਹ ਖਤਰੇ ਦੀ ਨਿਸ਼ਾਨੀ ਹੈ ਅਤੇ ਆਹ ਲੇਬਲ ਦਾ ਰੰਗ ਦਿੱਤਾ ਹੋਊਗਾ ਜੋ ਕੀਟਨਾਸ਼ਕ ਆਪਾਂ ਕਰਦੇ ਹਾਂਗੇ। ਤਾਂ ਜੀ ਨਰਮੇ ਵਿੱਚ ਜ਼ਹਿਰਾਂ ਦੀ ਵਰਤੋਂ ਲਈ ਧਿਆਨ ਰੱਖਣ ਯੋਗ ਗੱਲਾਂ, ਜ਼ਹਿਰਾਂ ਹਮੇਸ਼ਾ ਸੁਰੱਖਿਅਤ ਥਾਂ 'ਤੇ ਰਹੀਏ, ਜਿਵੇਂ ਕਿ ਹਰੇਕ ਸਪਰੇਅ 'ਤੇ ਲਿਖਿਆ ਹੁੰਦਾ। ਹਾਂ ਦੇਖੋ, ਲੰਬੇ ਰਬੜ ਦੇ ਦਸਤਾਨੇ, ਐਨਕ, ਟੋਪੀ, ਸਾਹ ਲੈਣ ਵਾਲਾ ਯੰਤਰ, ਰਬੜ ਦੇ ਬੂਟ, ਉੱਪਰਲੀ ਪੁਸ਼ਾਕ, ਜ਼ਹਿਰ ਚੜ੍ਹਨ ਦੀਆਂ ਨਿਸ਼ਾਨੀਆਂ ਜੀ, ਮੂੰਹ ਦਾ ਸੁੱਕਣਾ, ਤਰੇਲੀ ਆਉਣਾ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਅੱਖਾਂ ਦੀ ਪੁਤਲੀ ਦਾ ਫੁੱਲ ਜਾਣਾ, ਸਰੀਰ ਦਾ ਤਾਪਮਾਨ ਵਧਣਾ, ਬੇਹੋਸ਼ੀ, ਝੰਜੋੜਨਾ, ਸਿਰ ਦਰਦ, ਚੱਕਰ ਆਉਣਾ, ਮੁੜਕਾ, ਦਿਲ ਦੀ ਧੜਕਣ ਦਾ ਤੇਜ਼ ਹੋਣਾ, ਦਾਗ ਧੱਬੇ, ਚਮੜੀ ਦਾ ਲਾਲ ਹੋਣਾ, ਮਾਸਪੇਸ਼ੀਆਂ 'ਚ ਕਮਜ਼ੋਰੀ, ਛਾਲੇ, ਕੰਬਣੀ, ਦਸਤ ਲੱਗਣੇ, ਮਰੋੜੇ, ਉਲਟੀਆਂ ਆਉਣੀਆਂ, ਖੂਨ ਦਾ ਦਬਾਓ ਵਧਣਾ,
ਧੁੰਦਲਾ ਦਿਖਾਈ ਦੇਣਾ, ਅੱਖਾਂ 'ਚੋਂ ਜ਼ਿਆਦਾ ਪਾਣੀ ਆਉਣਾ, ਥੁੱਕ ਆਉਣਾ, ਆਹ ਸਾਰੀ ਫੋਟੋ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਇਹਨਾਂ ਲਿਖਿਆ ਹੋਇਆ, ਛਾਤੀ ਵਿੱਚ ਖਿਚਾ ਆਦਿ ਬਚਾਓ ਦੇ ਢੰਗ। ਆ ਦੇਖੋ ਇਹਨਾਂ ਦੱਸਿਆ ਹੋਇਆ, ਆ ਦੇਖੋ ਇਹਦੇ ਨੁਕਸਾਨ ਦਿਖਾਏ ਅਤੇ ਉਹਨਾਂ ਤੋਂ ਬਚਾਏ, ਬਚਾ ਜ਼ਹਿਰਾਂ ਦੀ ਸਾਂਭ ਸੰਭਾਲ ਆਦਿ, ਜ਼ਹਿਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ, ਛਿੜਕਾਅ ਤੋਂ ਬਾਅਦ ਡੱਬਾ ਨਸ਼ਟ ਕਰ ਦਿਓ, ਬੇਸਿਕ ਗੱਲਾਂ ਨੇ। ਤਾਂ ਜੀ ਨਰਮੇ ਦੀ ਫਸਲ ਨਾਲ ਸੰਬੰਧਿਤ ਸਾਰੀ ਪੂਰੀ ਡਿਟੇਲ 'ਚ ਦਿੱਤੀ ਗਈ ਇਹਨਾਂ ਨੇ ਜਾਣਕਾਰੀ, ਇਹਨਾਂ ਦੀ ਇੱਕ ਐਪ ਪਹਿਲਾਂ ਹੋਰ ਵੀ ਹੈ ਉਹ 'ਤੇ ਵੀ ਜਾਣਕਾਰੀ ਹੈ ਪਰ ਉਹ 'ਤੇ ਇੰਨੀ ਨਹੀਂ। ਤਾਂ ਜੀ ਸਾਡੀ ਵੀਡੀਓ ਪਹਿਲਾਂ ਵੀ ਸੀ ਨਰਮੇ ਦੀ ਫਸਲ ਬਾਰੇ, ਉਹ ਵੀ ਦੇਖ ਸਕਦੇ ਹੋ ਤੁਸੀਂ, ਉਹ ਐਪ 'ਤੇ ਬਣੀ ਹੋਈ ਹੈ ਪਹਿਲਾਂ ਵਾਲੀ, ਅਤੇ ਕੋਟਨ DSS 'ਤੇ, ਇਹ BCI ਕੋਟਨ DSS ਹੈ ਜੀ। ਤਾਂ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਸਾਡੇ ਚੈਨਲ ਖਤਰਾ LSIK ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਇਹ ਵੀਡੀਓ ਨੂੰ ਲਾਈਕ ਕਰਿਓ ਜੀ, ਜੇ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਤੁਸੀਂ ਤਾਂ ਕਮੈਂਟ ਕਰਿਓ ਜੀ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ। ਧੰਨਵਾਦ ਜੀ।